ਹੁਣ ਤਾਂ ਕਹਿੰਦੇ ਕਿ ਵੀ ਲਖਸ ਦਾ ਨਾ ਛੱਡੋ, ਉਹਦੇ ਨਾਲ ਨਾਲ ਭਾਨਾ ਸਿੱਧੂ ਦਾ ਪਰਿਵਾਰ ਆ ਜਿਹੜਾ ਉਹ ਵੀ ਨਾਲ ਇਸ ਮਾਮਲੇ ਦੇ ਵਿੱਚ ਨਾਮਜ਼ਦ ਕਰ ਲਿਆ ਜੀ ਪੂਰੇ ਪਰਚੇ ਦੇ ਵਿੱਚ। ਕਹਿੰਦੇ ਕਿ ਪਰਚਾ ਦਰਅਸਲ ਹੈ ਕੀ ਹੈ ਮਿੰਟੂ ਜੀ, ਧਾਰਾਵਾਂ ਤੁਸੀਂ ਦੇਖੀਆਂ ਹੋਣਗੀਆਂ ਇਸ ਮਾਮਲੇ 'ਚ? ਧਾਰਾਵਾਂ ਜਿਹੜੀਆਂ ਨੇ ਉਹ ਕਾਫੀ ਨੇ ਜੀ, ਜਿੱਦਾਂ ਲਾ ਲਓ ਕਿ ਪੰਜਾਬ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਐਕਟ 2014 ਜੀ, ਭਾਵ ਕਿ ਸਰਕਾਰੀ ਜਾਂ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ। ਜੀ ਬਿਲਕੁਲ। ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸ ਦੇਵਾਂ, ਆਉਣ ਵਾਲੇ ਸਮੇਂ 'ਚ ਜੋ ਸੰਘਰਸ਼ ਲੜੇ ਜਾ ਰਹੇ ਆ ਨਾ ਜੀ, ਮੈਂ ਇਸ ਗੱਲ ਨਾਲ ਜੁੜੀ ਤੁਹਾਨੂੰ ਗੱਲ ਦੱਸ ਰਿਹਾ। ਮੋਦੀ ਸਰਕਾਰ ਰਿਪੀਟ ਹੋਈ, ਆਹ ਜਿਹੜਾ ਹੈਗਾ ਨਾ ਸਟੇਟਾਂ ਦਾ, ਵੈਸੇ ਤਾਂ ਲੋਅ ਐਂਡ ਆਰਡਰ ਦਾ ਵਿਸ਼ਾ, ਇਹਦੇ 'ਚ ਉਹ ਇੱਕ ਹੋਰ ਜੁਗਤ ਲਾ ਰਹੇ ਆ ਜੀ। ਜੁਗਤ ਇਹ ਲਾ ਰਹੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਹੋਣਗੇ, ਜਿੱਦਾਂ ਇਹ ਕੀ ਆ, ਇਹਦੇ 'ਤੇ ਬਾਅਦ 'ਚ ਆ ਜਾਂਦੇ ਆ, ਇਹਨੂੰ ਪਹਿਲੀ ਜਿਹੜੀ ਹੈਗੀ ਆ ਧਾਰਾ ਨੈਸ਼ਨਲ ਹਾਈਵੇ ਐਕਟ 1956 8B, ਉਹਨੂੰ ਛੱਡ ਦਿਓ, ਜਿਹੜੀ ਆ ਮੈਂ ਦੂਸਰੀ ਗਿਣਾਈ ਆ। ਇਹਦੇ ਵਿੱਚ ਗਾਂਹ ਜਾ ਕੇ ਪਤਾ ਕੀ ਹੋਣਾ ਜੀ, ਆਉਣ ਵਾਲੇ ਸਮੇਂ 'ਚ ਉਹ ਇਸ ਤਰ੍ਹਾਂ ਕਰਨਗੇ ਕਿ ਜਿਹੜਾ ਬੰਦਾ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਨਾਮਜ਼ਦ ਹੈ, ਫਰਜ਼ ਕਰੋ ਕਿਸਾਨ ਜਥੇਬੰਦੀਆਂ ਦਾ ਆਗੂ ਹੈ, ਮਜ਼ਦੂਰ ਜਥੇਬੰਦੀਆਂ ਦਾ ਆਗੂ ਹੈ ਜੀ, ਜਾਂ ਕਾਰਕੁਨ ਹੈ, ਜੇ ਉਸਨੇ ਇਸ ਤਰ੍ਹਾਂ ਕੋਈ ਸਰਕਾਰੀ ਪ੍ਰੋਪਰਟੀ ਨੂੰ ਡੈਮੇਜ ਪਹੁੰਚਾਇਆ ਜੀ, ਤਦ ਤੱਕ ਉਹਨੂੰ ਬੇਲ ਨਹੀਂ ਮਿਲ ਸਕੇਗੀ ਜਦੋਂ ਤੀਕ ਉਹਦਾ ਮੁਆਵਜ਼ਾ ਉਹ ਉੱਥੇ ਨਹੀਂ ਰੱਖੇਗਾ। ਇਹ ਹੋਣ ਜਾ ਰਿਹਾ। ਅੱਛਾ ਜੀ, ਬਿਲਕੁਲ, ਇਹ ਪ੍ਰਪੋਜ਼ਲ ਤਿਆਰ ਹੈ ਜੀ, ਇਹ ਪ੍ਰਪੋਜ਼ਲ ਤਿਆਰ ਆ, ਇਹਨਾਂ ਨੇ ਉਹ ਬਣਾ ਲਿਆ ਸਾਰਾ ਕੁਛ, ਕਿਉਂਕਿ ਜਿਹੜਾ ਲਾਅ ਕਮਿਸ਼ਨ ਹੈ ਉਹ ਸਿਫਾਰਿਸ਼ ਕਰ ਦਿੰਦਾ, ਅਤੇ ਇਹਨਾਂ ਚੀਜ਼ਾਂ ਵਾਸਤੇ ਤਾਂ ਇਹ ਸਰਕਾਰ ਜਿਹੜੀ ਆ ਉਹ ਤਿਆਰ ਹੀ ਬੈਠੀ ਹੁੰਦੀ ਆ। ਤਾਂ ਆਉਣ ਵਾਲੇ ਸਮੇਂ ਬਹੁਤ ਕੁਛ ਹੋ ਰਿਹਾ। ਮੈਂ ਇਸ ਦੇਸ਼ ਦੀ ਜਨਤਾ 'ਤੇ ਹੈਰਾਨ ਹਾਂ ਕਿ ਇੱਕ ਇੱਕ ਕਰਕੇ ਉਹਨਾਂ ਸਾਰੇ ਕਾਨੂੰਨੀ ਹੱਕਾਂ ਨੂੰ ਖੋਇਆ ਜਾ ਰਿਹਾ ਜਾਂ ਬਹੁਤ ਸੀਮਿਤ ਕੀਤਾ ਜਾ ਰਿਹਾ, ਜਿਨ੍ਹਾਂ ਹੱਕਾਂ ਦੀ ਬਦੌਲਤ ਅਸੀਂ ਲੋਕਤਾਂਤਰਿਕ ਦੇਸ਼ ਦੇ ਵਿੱਚ ਜੀ ਬਹੁਤ ਕੁਛ ਕਰਨ ਦੀ ਆਜ਼ਾਦੀ ਰੱਖਦੇ ਹਾਂ। ਬਹੁਤ ਕੁਛ ਕਰਨ ਦੀ ਆਜ਼ਾਦੀ ਨੂੰ ਖਤਮ ਕਰਨ ਦਾ ਮਤਲਬ ਹੈ ਕਿ ਬਹੁਤ ਕੁਛ ਤੁਸੀਂ ਗਵਾ ਰਹੇ ਹੋ ਜੀ, ਪਰ ਜਿਹੜੇ ਗਵਾਰ ਲੋਕ ਆ, ਜਿਹੜੇ ਜਾਂ ਕਹਿ ਲਓ ਕਿ ਬਈ ਅੰਨੇ ਭਗਤ ਲੋਕ ਆ, ਉਹ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾ ਰਹੇ। ਇਹ ਉਦੋਂ ਸ਼ਾਇਦ ਸਮਝਣਗੇ ਜਦੋਂ ਮੇਲਾ ਲੁੱਟ ਗਿਆ। ਇਹ ਮੇਰੀ ਗੱਲ ਇੱਥੇ ਖਤਮ ਹੋ ਗਈ ਜੀ। ਹੁਣ ਤੁਸੀਂ ਪੁੱਛਿਆ ਕਿ ਪਰਚੇ ਦੇ ਵਿੱਚ ਕੌਣ ਕੌਣ ਆ, ਧਾਰਾਵਾਂ ਕਿਹੜੀਆਂ ਕਿਹੜੀਆਂ ਨੇ? ਅੱਛਾ, 283 ਹੈ, 186 ਹੈ, 353 ਡਿਊਟੀ 'ਚ ਵਿਘਨ ਪਾਉਣ ਵਾਲੀ ਆ ਗਈ, 279 ਹੈ, 427, 307। ਬਸ ਇੱਥੇ ਆਹ ਧਾਰਾ 'ਤੇ ਖੜ ਜਾਓ, 307 ਇਰਾਦਾ ਕਤਲ, 307 ਮਤਲਬ ਕਿ ਦੂਸਰੀਆਂ ਧਾਰਾ ਜਿਹੜੀਆਂ ਨੇ ਉਹ ਮੈਂ ਨਹੀਂ ਕਹਿੰਦਾ ਕਿ ਕੋਈ ਕਮਜ਼ੋਰ ਹੁੰਦੀ ਹੈ ਧਾਰਾ, ਹਰੇਕ ਧਾਰਾ ਦੀ ਆਪਣੀ ਇੱਕ ਵਿਆਖਿਆ, ਉਹਦੇ 'ਚ ਇੱਕ ਜੁਰਮਾਨਾ ਜਾਂ ਸਜ਼ਾ ਜਿਹੜੀ ਉਹ ਮੁਕਰਰ ਹੁੰਦੀ ਆ ਜੀ, ਪਰ ਇਹਦੇ 'ਚ 307 ਆ, 148, 49 ਉਹ ਆ ਜਾਂਦੀ, 117, 268, ਮਤਲਬ ਕਿ ਬਹੁਤ ਤਗੜਾ ਕੇਸ ਇਹਨਾਂ ਨੇ ਬਣਾ ਰੱਖਿਆ ਜੀ ਜੀ। ਠੀਕ ਹੈ ਜੀ, ਥਾਣਾ ਧਨੌਲਾ ਦੇ ਵਿੱਚ ਇਹ ਦਰਜ ਹੋਇਆ ਜੀ, ਬਹੁਤ ਤਗੜਾ ਕੇਸ ਆ, ਇਰਾਦਾ ਕਤਲ ਦਾ ਹੈ, ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨੈਸ਼ਨਲ ਹਾਈਵੇ ਐਕਟ ਲੱਗ ਗਿਆ, ਫਿਰ ਪੰਜਾਬ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਐਕਟ ਉਹ ਲੱਗ ਗਿਆ ਜੀ, ਅਤੇ ਜਿਨ੍ਹਾਂ ਜਿਨ੍ਹਾਂ 'ਤੇ ਲੱਗਿਆ ਉਹਨਾਂ ਦੀ ਵੀ ਗੱਲ ਕਰ ਲਓ। ਭਾਨੇ ਸਿੱਧੂ ਦਾ ਪਿਤਾ ਬਿਕਰ ਸਿੰਘ, ਭਾਨਾ ਸਿੱਧੂ ਦਾ ਭਰਾ ਅਮਨਾ, ਭਾਨਾ ਸਿੱਧੂ ਦੀਆਂ ਜਿਹੜੀਆਂ ਭੈਣਾਂ ਇੱਥੇ ਲਿਖਿਆ, ਪਰ ਭੈਣ ਮਤਲਬ ਕਿ ਜਿੱਦਾਂ ਲਾ ਲਓ ਕਿਰਨਪਾਲ ਕੌਰ ਆ, ਦੋ ਭੈਣਾਂ, ਹਾਂਜੀ, ਇੱਕ ਸੁਖਪਾਲ ਕੌਰ ਆ, ਅਤੇ ਸਰਬਜੀਤ ਸਿੰਘ ਸਰਪੰਚ, ਉਹ ਜਿਹੜਾ ਬਾਈ ਬੋਲਦਾ ਹੁੰਦਾ, ਹਾਂਜੀ, ਸ਼ਾਇਦ ਉਹ ਖਾਸ ਕਰਕੇ ਇਹਨਾਂ ਦੇ ਹੱਕ 'ਚ, ਅਤੇ ਉਹ ਕਈ ਵਾਰੀ ਗਏ ਵੀ ਆ, ਮਤਲਬ ਪੈਰਵਾਈ ਕਰਨ, ਪੰਚ ਰਣਜੀਤ ਸਿੰਘ, ਇਹ ਸਾਰੇ ਜਿਹੜੇ ਆ ਗਏ ਮਤਲਬ ਕਿ ਇਹਨਾਂ ਦੇ ਹੀ, ਕੋਈ ਪਿੰਡੋਂ ਆ ਗਿਆ, ਕੋਈ ਰਿਸ਼ਤੇਦਾਰ, ਕੁਲਵਿੰਦਰ ਸਿੰਘ ਕੋਈ ਖਾਲਿਸਤਾਨੀ ਆ ਜੀ, ਕੱਟੂ ਧਨੌਲਾ ਬਰਨਾਲਾ, ਅੱਛਾ, ਬਿਲਕੁਲ ਨਾਲ ਹੀ ਆ ਧਨੌਲੇ ਦੇ ਹੀ ਇਹ ਪਿੰਡ ਵੀ। ਫਿਰ 8ਵੇਂ ਨੰਬਰ 'ਤੇ ਆ ਲੱਖਾ ਸਿਧਾਣਾ ਜੀ, ਠੀਕ ਹੈ ਜੀ, ਸਿਧਾਣਾ ਪਿੰਡ ਆ ਗਿਆ, ਫੂਲ ਥਾਣਾ ਆ ਗਿਆ, ਬਠਿੰਡਾ ਜ਼ਿਲ੍ਹਾ ਆ ਗਿਆ। ਗੁਰਵਿੰਦਰ ਗੱਗ ਹੈ ਕੋਈ ਜੀ, ਕੋਟ ਦੁਨੇ ਦਾ ਜੀ, ਇਹਦੇ 'ਤੇ ਵੀ ਕੇਸ ਦਰਜ ਕਰ ਦਿੱਤਾ ਨੇ। ਸੁਖਪਾਲ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਇਹ ਆ ਗਏ ਨੇ ਬਾਈ ਨੇਮ ਜੀ। ਗੁਰਵਿੰਦਰ ਸਿੰਘ ਗਿੱਲ ਹੈ, ਬਲਜਿੰਦਰ ਸਿੰਘ ਕਿੰਦਾ ਹੈ ਜੀ। ਫਿਰ ਆ ਗਿਆ ਪ੍ਰਿਤਪਾਲ ਸਿੰਘ, ਗੁਰਮੁਖ ਸਿੰਘ, ਜੱਸੀ ਨਿਹੰਗ, ਅਮਰੀਕ ਸਿੰਘ, ਜਸਵੀਰ ਇੰਜੀਨੀਅਰ ਜੀ, ਇਹ ਯੂਟਿਊਬ ਵਗੈਰਾ 'ਤੇ ਸੋਸ਼ਲ ਮੀਡੀਆ ਮਤਲਬ ਕਿ ਵਲੌਗਰ ਟਾਈਪ ਹੋਏਗਾ ਹਾਂਜੀ। ਅਤੇ 18ਵੇਂ ਨੰਬਰ 'ਤੇ ਅਨਨੋਨ ਆ ਜੀ। ਸੋ ਇਸ ਤਰ੍ਹਾਂ 18 ਬੰਦੇ ਜਿਹੜੇ ਆ ਉਹ ਇਹਨਾਂ ਨੇ, 17 ਬਾਏ ਨੇ, ਇੱਕ ਅਨਨੋਨ, ਅਤੇ ਵੈਸੇ ਨਾਲ ਇਹਨਾਂ ਨੇ ਹੋਰ ਵੀ ਬੰਦੇ ਲਿਖੇ ਆ ਕਿ ਇਹ ਤਾਂ ਹੈਗੇ ਹੀ ਆ,
जी। इस तो इलावा इन्होंने 150 तो 200 अणपछाते व्यक्ति विच लिखे रहा एफ आई आर दे। अच्छा जी, हुणे नहीं पता किदा किदा नाम चढ़ा, किदा किदा नाम चढ़ाया जा सकता, मतलब कि इन्होंने आ वेखो ना जो थले लिखिया है 150 तो 200 अणपछाते व्यक्तियों ते मामला दर्ज कर दिता है। जे इनू मतलब कि तुसी पढ़ना होवे जां समझना होवे ते अखर अखर सारा जिहड़ा वह पढ़िया जा सकता, जे इहदा मजमून समझना होवे ते अयो आ कि जिहड़ा उह हैगा बड़बर दे उरले पासे टोल प्लाजा जिहड़ा उत्थे अक्सर पुलिस पार्टी खलोती हुंदी है, क्योंकि मैं लंघदा रहिंदा हर एक महीने च 2-3 गेड़े अपने लग जांदे ने उधर नूं जांदे रहिंदा, उत्थे पुलिस पार्टी जिहड़ी खलोती हुंदी आ ते उदण ते उत्थे पक्का ही नाका ला रख्या सीगा जी, क्योंकि बड़बर लंघीए गां आ गया मस्तुआणा, एक आ गया बहादुरपुर मस्तुआणा ते फिर बेदल जी दा पिंड आ गया जी, बडरुखां ते संगरूर वड़ गए तुसी, बडरुखां दे नाल ते संगरूर आ हां जी, यानी उरा उत्थे पक्का इन्हां ने नाका कीता होएगा जी। तां इन्हां दा दोष ए आ कि ए बंदिया ने उत्थे आ के मतलब के ड्यूटी ते तैनात जिहड़ा सहायक थानेदार जगदीप सिंह सीगा उहदे मार देण दी नीयत नाल छाती पर खब्बे पासे कृपान मारी। अच्छा जी, ठीक है जी जी। ते उस तो बाद फिर इन्हां ने बड़बर विखे हाईवे जाम करके ट्रैफिक रोक के सरकारी ड्यूटी विच विघन पा के नैशनल हाईवे ते पुलिस दी सरकारी बस दी भन तोड़ करके ते पुलिस मुलाजम वल मारन देण दी नीयत नाल हमला कीता, आ दोष है जी। मतलब कि समझ आ गई है जी, ठीक है, नहीं तो मैं इनू रिपीट कर देना, आही हिस्सा है जिहड़ा कि जुर्म लिखा गया जी कि ए भीड़ सीगी जी। मतलब कि इन्हां नूं रोकिया गया, वार वार समझाउण दा यतन कीता गया, नहीं समझे उकतान सारे, उकतान दा मतलब हुंदा कि उक्त व्यक्ति जिहड़े नामजद ने जी, उकतान जी, वो एक इन्हां दा शब्द है पुलिस दा, आपां भी लिख दिंदे हुंदे उक्त खबर दे विच, उक्त आपां उपरोक्त लिख दिंदे, उक्त लिख दिंदे, इह उकतान लिखदे ने पुलिस वाले जी, जो इन्हां दी एफ आई आर जां मिसल जो भी कारवाई हुंदी है कागजी जी जी जी। तां इह कहिंदे आ कि इह व्यक्ति जिहड़े सीगे वार वार समझाउण ते रुके नहीं, इन्हां व्यक्तियां वल्लों भीड़ नूं वार वार पुलिस ते हमला करन लई उकसाया गया जी, इन्हां वल्लों अपने ट्रैक्टर ट्रालियां पिकअप घड़ूके वगैरह रफ ड्राइविंग करदे होए पुलिस पार्टी उपर चढ़ाउण दी कोशिश कीती गई अते पुलिस दी सरकारी बस दी भन तोड़ कीती गई जी, अते नैशनल हाईवे दी वी भन तोड़ कीती गई अते सरकारी ड्यूटी विच विघन पाया, ते अते इक पाउण दी इन्नी की लोड़ हुंदी यार, चंगी तरह लिखणा ते सिख लो जी। खैर चलो जी, ਇਹ ਆ ਮਾਮਲਾ ਜੀ, ਹੁਣ ਸਾਫ਼ ਹੋ ਗਿਆ। ਮਿੰਟੂ ਜੀ ਇੱਕ ਮਿੰਟ ਪਲੀਜ਼, ਇੱਕ ਦੋ ਕਮੈਂਟ ਆ ਜਿਹੜਾ ਉਹ ਵੀ ਆਪਾਂ ਨਾਲ ਸਾਫ਼ ਕਰ ਦਈਏ ਜੀ। ਐਫ ਆਈ ਆਰ ਨੰਬਰ 14 ਜੀ ਧਨੌਲਾ ਥਾਣਾ ਇਹੋ ਆ ਮਿੰਟੂ ਜੀ, ਜ਼ਿਲ੍ਹਾ ਬਰਨਾਲਾ ਜੀ, ਜ਼ਰਾ ਦੇਖੋ। ਐਫ ਆਈ ਆਰ ਨੰਬਰ ਹੈ 0014 ਜੀ, ਪੁਲਿਸ ਥਾਣਾ ਹੈਗਾ ਧਨੌਲਾ ਜੀ, ਡੇਟ ਹੈਗੀ ਆ 3/2/2024 ਜੀ, 17:39 ਮਤਲਬ ਕਿ 5:39 ਸ਼ਾਮ ਦੇ ਸ਼ਾਮ ਦੇ।